ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਦੇ ਵਿੱਚ ਪਹੁੰਚੇ ਹੈ, ਜਿੱਥੇ ਅੱਜ ਛੋਟੇ ਛੋਟੇ ਬੱਚੇ ਜਿਹੜੀ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੰਗੀਤ ਅਕੈਡਮੀ ਖੁੱਲ੍ਹੀ ਹੋਈ ਹੈ, ਬਾਬਾ ਫਤਿਹ ਸਿੰਘ ਸੰਗੀਤ ਅਕੈਡਮੀ, ਜੋ ਫਰੀ ਬੱਚਿਆਂ ਨੂੰ ਕੀਰਤਨ, ਸ਼ਬਦ ਕੀਰਤਨ ਸਿਖਾਉਂਦੇ ਨੇ। ਸੋ ਅੱਜ ਇਹਨਾਂ ਬੱਚਿਆਂ ਦਾ ਇੱਕ ਪ੍ਰੋਗਰਾਮ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਬੱਚੇ, ਛੋਟੇ ਛੋਟੇ ਬੱਚੇ ਜੋ ਕੀਰਤਨ ਹੈ ਉਹ ਵੀ ਸੁਣਾ ਰਹੇ ਨੇ, ਅਤੇ ਜੋ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ, ਜਿਨ੍ਹਾਂ ਦੇ ਦੁਆਰਾ ਇਹ ਅਕੈਡਮੀ ਚਲਾਈ ਜਾ ਰਹੀ ਹੈ, ਅਤੇ ਹੋਰ ਵੀ ਜੋ ਉਹਨਾਂ ਦੇ ਸਹਿਯੋਗੀ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਅਤੇ ਜੋ ਬੱਚੇ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਫਿਰ ਇਹ ਪੂਰੀ ਜਾਣਕਾਰੀ। ਬੱਚੇ ਆਏ ਹਨ, ਬਹੁਤ ਔਖਾ ਰਾਗ ਹੈ, ਸਫਾਰੀ ਰਾਗ, ਇਹਨਾਂ ਨੇ ਵੀ ਕਈ ਦਿਨ ਹੋ ਗਏ ਤਿਆਰੀ ਕਰਦੇ ਨੂੰ, ਤਿਆਰੀ ਕਰ ਰਹੇ ਸਨ। ਸੋ ਆਓ ਇਹਨਾਂ ਦੇ ਪਾਸੋਂ ਤੁਖਾਰੀ ਰਾਗ ਦੇ ਵਿੱਚ ਸ਼ਬਦ ਸਰਵਣ ਕਰੀਏ। ਬਸੰਤ ਰਾਗ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ, ਕਿਉਂਕਿ ਅੱਜ ਬਸੰਤ ਰਾਗ ਆਰੰਭ ਹੋ ਚੁੱਕਾ ਹੈ ਸਾਰੇ ਗੁਰਦੁਆਰਿਆਂ ਦੇ ਵਿੱਚ। ਗੁਰਦੁਆਰਾ ਦਰਬਾਰ ਸਾਹਿਬ ਅੰਮ੍ਰਿਤ ਸਾਹਿਬ ਜਦੋਂ ਵੀ ਕੀਰਤਨ ਹੁੰਦਾ ਹੈ, ਉਹਨਾਂ ਰਾਗਿਆਂ ਨੂੰ ਹਦਾਇਤ ਹੈ ਕਿ ਇੱਕ ਸ਼ਬਦ ਬਸੰਤ ਰਾਗ ਦਾ ਗਾਉਂਦੇ ਨੇ, ਜਿਹੜਾ ਕਿ ਹੋਲੇ ਮਹੱਲੇ ਤੱਕ ਇਹ ਬਸੰਤ ਰਾਗ ਚੱਲੇਗਾ। ਸੋ ਆਓ ਇਹਨਾਂ ਬੱਚਿਆਂ ਵੱਲੋਂ ਬਸੰਤ ਰਾਗ ਦੇ ਵਿੱਚ ਆਪਾਂ ਸਭ ਦਾ ਸਰਵਣ ਕਰੀਏ। ਫਤਿਹ।
ਕੀ ਨਾਮ ਹੈ ਬੇਟਾ ਤੁਹਾਡਾ? ਮੇਰਾ ਹਰਸ਼ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਵੀ ਇੱਥੇ ਕੀਰਤਨ ਸਿੱਖਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ, ਕੀ ਸਿੱਖਦੇ ਤੁਸੀਂ? ਮੈਂ ਤਬਲਾ ਵਜਾਉਣਾ ਸਿੱਖ ਤਬਲਾ ਵਜਾਉਣਾ ਸਿੱਖਦੇ ਹਾਂ। ਕਿੰਨੀ ਦੇਰ ਹੋ ਗਈ? ਮੈਂ ਬਾਬਾ ਜੀ ਹਲੇ ਨਵਾਂ ਹੀ ਆਇਆ। ਨਵਾਂ ਹੀ ਹੈ? ਅੱਛਾ, ਪਰ ਵਜਾਉਂਦੇ ਬਹੁਤ ਵਧੀਆ। ਧੰਨਵਾਦ। ਕਿੰਨੀ ਦੇਰ 'ਚ ਮਤਲਬ ਕਿ ਹੋ ਗਈ? ਮੈਨੂੰ ਬਾਬਾ ਜੀ 6 ਸਾਲ ਹੋ ਗਏ। 6 ਸਾਲ ਹੋ ਗਏ ਸਿੱਖਦੇ ਆ। ਨਹੀਂ, ਬਹੁਤ ਵਧੀਆ, ਤੁਸੀਂ ਤਬਲਾ ਵਜਾਉਂਦੇ ਹੋ। ਸੋ ਇਹ ਇੰਟਰਸਟ ਤੁਹਾਨੂੰ ਕਿਸ ਤਰ੍ਹਾਂ ਪਿਆ? ਬਸ ਦੇਖਦੇ ਹੁੰਦੇ ਸੀਗੇ ਹੋਰਾਂ ਨੂੰ ਵਜਾਉਂਦੇ ਹੋਏ, ਅਤੇ ਮਨ ਕਰਨ ਲੱਗ ਗਿਆ ਵਜਾਉਣ ਦਾ। ਅਤੇ ਸੋ ਨਾਲੇ ਗੁਰੂ ਘਰ ਨਾਲ ਵੀ ਜੁੜੇ? ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ। ਸੰਸਕਾਰ ਵੀ ਮਾਪਿਆਂ ਦੇ ਬਹੁਤ ਵਧੀਆ, ਤੁਹਾਨੂੰ ਜਿਹੜਾ ਗੁਰੂ ਘਰ ਦੇ ਨਾਲ ਜੋੜਦੇ ਆ। ਹਾਂਜੀ ਹਾਂਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਬੇਟਾ? ਜਸਮੀਤ ਕੌਰ। ਤੁਸੀਂ ਕੀਰਤਨ ਸਿੱਖਦੇ ਹੋ? ਹਾਂਜੀ। ਅੱਛਾ ਜੀ, ਕਿੰਨੀ ਦੇਰ ਹੋ ਗਈ ਸਿੱਖਦਿਆਂ ਨੂੰ? ਅਸੀਂ ਤਾਂ ਅਪ੍ਰੈਲ ਵਿੱਚ ਲੱਗੇ ਸੀਗੇ। ਸੋ ਇਹ ਕਿਸ ਤਰ੍ਹਾਂ ਦਾ ਉਪਰਾਲਾ ਲੱਗ ਰਿਹਾ ਜਿਹੜਾ ਇਹ ਤੁਹਾਨੂੰ ਫ੍ਰੀ ਦੇ ਵਿੱਚ ਮਤਲਬ ਕਿ ਕੀਰਤਨ ਸਿਖਾਉਂਦੇ? ਸਾਨੂੰ ਬਹੁਤ ਵਧੀਆ ਲੱਗਦਾ, ਜਿਵੇਂ ਫ੍ਰੀ 'ਚ ਹੋਰ ਜਿਹੜੇ ਵੀ ਸਿੱਖਦੇ ਨੇ ਉਹ ਹਮੇਸ਼ਾ ਪੈਸੇ ਦੇ ਕੇ ਸਿੱਖਦੇ ਨੇ ਜ਼ਿਆਦਾ। ਫ੍ਰੀ ਵਿੱਚ ਆ ਅਤੇ ਸਾਨੂੰ ਬਹੁਤ ਵਧੀਆ ਸਿਖਾਈ ਜਾਂਦਾ ਹੈ। ਤੁਹਾਡਾ ਕੀ ਨਾਮ ਹੈ? ਮੁਖਜੋਤ ਸਿੰਘ। ਤੁਸੀਂ ਕੀਰਤਨ ਸਿੱਖਦੇ ਹੋ? ਹਾਂਜੀ। ਕਿੰਨੇ ਮਹੀਨੇ ਹੋ ਗਏ ਸਿੱਖਦੇ? ਅਪ੍ਰੈਲ 'ਚ ਲੱਗੇ ਸੀ। ਅਪ੍ਰੈਲ 'ਚ ਲੱਗੇ ਸੀ? ਹਾਂਜੀ। ਕਰ ਲੈਂਦੇ ਕੀਰਤਨ? ਹਾਂਜੀ। ਅੱਛਾ, ਸ਼ਬਦ ਆਉਂਦੇ ਕਿਹੜੇ ਕਿਹੜੇ ਰਾਗ ਆਉਂਦੇ ਤੁਹਾਨੂੰ? 8 ਰਾਗ ਆਉਂਦੇ ਆ। 8 ਰਾਗ ਆਉਂਦੇ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ? ਜਸਲੀਨ ਕੌਰ। ਸੋ ਤੁਸੀਂ ਵੀ ਕੀਰਤਨ ਸਿੱਖਦੇ ਆ ਪੂਰਾ? ਹਾਂਜੀ। ਕਿੰਨੇ ਰਾਗ ਸਿੱਖ ਗਏ? ਮੈਂ 12 ਰਾਗ। 12 ਰਾਗ ਸਿੱਖ ਗਏ? ਕਿੰਨੇ ਹੁੰਦੇ ਆ ਪਤਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਰਵਿੰਦਰ ਕੌਰ। ਓਕੇ। ਸੋ ਤੁਸੀਂ ਕੀਰਤਨ ਸਿੱਖਦੇ ਹੋ, ਇਹ ਕੀਰਤਨ ਦੀ ਪ੍ਰੇਰਨਾ ਤੁਹਾਨੂੰ ਕਿੱਥੋਂ ਮਿਲੀ ਆ ਵੀ ਇਹ ਸਿੱਖਣਾ ਚਾਹੀਦਾ, ਗੁਰਬਾਣੀ ਸਿੱਖਣੀ ਚਾਹੀਦੀ? ਇਹ ਛੋਟੇ ਛੋਟੇ ਬੱਚੇ ਨੂੰ ਦੇਖ ਕੇ ਮੈਨੂੰ ਇੰਟਰਸਟ ਹੋਇਆ ਕਿ ਜੇ ਇਹ ਸਿੱਖ ਸਕਦੇ ਆ ਤਾਂ ਮੈਂ ਕਿਉਂ ਨਹੀਂ ਸਿੱਖ ਸਕਦੀ। ਓਕੇ। ਹਾਂਜੀ। ਸੋ ਮਾਪਿਆਂ ਦਾ ਕਿੰਨਾ ਕੁ ਸਹਿਯੋਗ ਹੈ ਤੁਹਾਨੂੰ? ਬਹੁਤ ਜ਼ਿਆਦਾ ਸਹਿਯੋਗ। ਬਹੁਤ ਜ਼ਿਆਦਾ? ਹਾਂਜੀ। ਪਾਪਾ ਹੁਣੀ ਪੂਰੀ ਹੈਲਪ ਕਰਦੇ ਆ? ਹਾਂਜੀ। ਉਹ ਵੀ ਗੁਰਬਾਣੀ ਨਾਲ ਜੁੜੇ ਹੋਏ? ਹਾਂਜੀ। ਓਕੇ। ਸੋ ਹੁਣ ਕਿੰਨੇ ਤੁਸੀਂ ਰਾਗ ਸਿੱਖ ਗਏ? 10 ਰਾਗ ਸਿੱਖ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਬੇਟਾ? ਗੁਰਸ਼ਮੀਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹ ਗੁਰਬਾਣੀ ਕੀਰਤਨ ਸਿੱਖ ਰਹੇ ਹੋ? ਹਾਂਜੀ। ਕਿੰਨੀ ਦੇਰ ਤੋਂ ਸਿੱਖ ਰਹੇ? ਸ਼ੁਰੂ ਤੋਂ ਸਿੱਖ ਰਹੇ ਹਾਂ, ਅਪ੍ਰੈਲ ਤੋਂ। ਅਪ੍ਰੈਲ ਤੋਂ? ਉਸ ਤੋਂ ਪਹਿਲਾਂ ਵੀ ਕਦੇ ਤੁਸੀਂ? ਨਹੀਂ ਜੀ, ਕਦੇ ਸਿੱਖਿਆ ਨਹੀਂ। ਮਤਲਬ ਚਾਅ ਸੀਗਾ ਮਨ ਵਿੱਚ ਬਹੁਤ, ਬਟ ਕਦੇ ਮੌਕਾ ਨਹੀਂ ਸੀ ਮਿਲਿਆ। ਮੌਕਾ ਨਹੀਂ ਸੀ? ਹਾਂਜੀ।
ਸੋ ਇੱਥੇ ਫਿਰ ਬਾਬਾ ਜੀ ਨੇ ਮਤਲਬ ਕਿ ਅਕੈਡਮੀ ਖੋਲ੍ਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਫਿਰ ਤੁਹਾਡਾ ਇੰਟਰਸਟ ਬਣ ਗਿਆ। ਹਾਂਜੀ। ਸੋ ਕਿਵੇਂ ਸਿਖਾ ਰਹੇ ਨੇ ਭਾਈ ਸਾਹਿਬ? ਭਾਈ ਬਹੁਤ ਵਧੀਆ ਸਿਖਾਉਂਦੇ ਹੈ ਜੀ, ਐਨ ਰਾਗ ਦੇ ਵਿੱਚ ਸਿਖਾਉਂਦੇ ਨੇ ਜੀ, ਬਹੁਤ ਵਧੀਆ ਸਿਖਾਉਂਦੇ ਹੈ। ਹੁਣ ਤੱਕ ਕਿੰਨਾ ਕੁ ਸਿੱਖ ਗਏ? 10 ਰਾਗ ਹੋ ਗਏ ਨੇ ਜੀ। ਵਧੀਆ ਤਰੀਕੇ ਨਾਲ ਸਿਖਾ ਰਹੇ ਹੈ? ਹਾਂਜੀ। ਉਹ ਗੁਰਬਾਣੀ ਦੇ ਨਾਲ ਜੁੜੇ ਰਹੋਗੇ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਬਹੁਤ ਵਧੀਆ ਉਪਰਾਲਾ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਇਹ ਅਕੈਡਮੀ ਚਲਾਈ ਹੋਈ ਹੈ, ਬੱਚਿਆਂ ਨੂੰ ਜੋ ਕੀਰਤਨ ਦੀ ਸਿਖਲਾਈ ਦੇ ਰਹੇ ਹੈ ਭਾਈ ਸਾਹਿਬ ਭਾਈ ਰੁਪਿੰਦਰ ਸਿੰਘ ਜੀ, ਸੋ ਤੁਹਾਡੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ, ਅਤੇ ਕੀ ਤੁਹਾਨੂੰ ਲੱਗਦਾ ਹੈ ਮਨ ਦੇ ਵਿੱਚ ਵਿਚਾਰ ਵੀ ਕਿਸ ਤਰ੍ਹਾਂ ਆਇਆ ਕਿ ਇਹ ਆਪਾਂ ਇਹ ਕੰਮ ਕਰੀਏ? ਵਿਚਾਰ ਇਹ ਹੈ ਵੀ ਮੈਂ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਜੀ, ਰਾਗ ਦਾ ਮੈਨੂੰ ਕੀਰਤਨ ਵਧੀਆ ਲੱਗਦਾ, ਰਾਗ ਕਰਕੇ ਹੀ ਮੈਂ ਫਿਰ ਮੇਰੇ ਮਨ 'ਚ ਆਇਆ ਵੀ ਚਲੋ ਜ਼ਿੰਦਗੀ ਲਾਉਣੀ ਹੈ, ਦਸਵਾਂ ਦਸੌਂਦ ਵੀ ਕੱਢਣਾ ਇਸ ਤਰੀਕੇ ਨਾਲ, ਫਿਰ ਮੇਰੇ ਇਹੀ ਰਾਏ ਵੀ ਮੈਂ ਬੱਚਿਆਂ ਨੂੰ ਸਿਖਾਇਆ ਜਾਵੇ ਰਾਗ। ਹਾਂ, ਸਾਨੂੰ ਟੀਚਰ ਵਧੀਆ ਮਿਲ ਗਿਆ ਉਹਦੇ ਕਰਕੇ ਹੋਰ ਵਧੀਆ ਹੋ ਗਿਆ, ਬਾਕੀ ਬੱਚੇ ਸਾਡੇ ਵਧੀਆ ਹੈ, ਬੜਾ ਸ਼ੌਂਕ ਨਾਲ ਸਿੱਖਦੇ ਆ, 12-12 ਰਾਗ ਸਿੱਖ ਚੁੱਕੇ ਹਨ ਅਤੇ ਰਾਗ ਦੇ ਵਿੱਚ ਹੀ ਸਿੱਖਦੇ ਆ, ਬਾਕੀ ਦੂਰ ਤਾਂ ਲਾਈਟ ਮਿਊਜ਼ਿਕ ਨਹੀਂ ਸਿੱਖ ਸਕ ਰਹੇ ਸਿੱਖ ਰਹੇ ਅਜੇ ਤੱਕ। ਅੱਛਾ। ਅਪ੍ਰੈਲ ਦੇ ਵਿੱਚ ਸ਼ੁਰੂ ਕੀਤਾ? ਅਪ੍ਰੈਲ 'ਚ ਸ਼ੁਰੂ ਕਰਤਾ ਜੀ। ਇੱਕ ਸਾਲ ਅਜੇ ਹੋਣਾ? ਹਾਂ ਅਜੇ ਹੋਣਾ, ਫਿਰ 2 ਮਹੀਨੇ ਸਾਨੂੰ ਬੰਦ ਕਰਨਾ ਪੈਣਾ ਬੱਚਿਆਂ ਦੀ ਪੜ੍ਹਾਈ ਕਰਕੇ। ਪੜ੍ਹਾਈ ਕਰਕੇ ਕਿਹੜੇ ਕਿਹੜੇ ਕਦੋਂ? ਇਹ ਫਰਵਰੀ ਅਤੇ ਮਾਰਚ। ਫਰਵਰੀ ਅਤੇ ਮਾਰਚ ਤੁਹਾਨੂੰ ਬੰਦ ਕਰਨਾ? 2 ਬੰਦ ਕਰਾਂਗੇ, ਫਿਰ ਅਪ੍ਰੈਲ 'ਚ ਫਿਰ ਸ਼ੁਰੂ ਕਰਾਂਗੇ ਦੁਬਾਰਾ, ਇਹਦੇ ਨਾਲ ਫਿਰ ਸਲਾਨਾ ਉਹ ਜਿਹੜੀ ਮਨਾਉਂਗੇ ਉਹ ਵੀ ਮਨਾਵਾਂਗੇ ਬੱਚਿਆਂ ਦੇ। ਸੋ ਬੱਚਿਆਂ ਦੇ ਵਿੱਚ ਉਤਸ਼ਾਹ ਪੂਰਾ? ਪੂਰਾ ਜੀ, ਪੂਰਾ ਉਤਸ਼ਾਹ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਡਾਕਟਰ ਸਾਹਿਬ ਰਜਿੰਦਰ ਸਿੰਘ ਜੀ, ਸੋ ਤੁਸੀਂ ਬਹੁਤ ਲਗਨ ਦੇ ਨਾਲ ਜੁੜੇ ਹੋਏ ਹੋ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਅਤੇ ਹਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਵੀ ਹੁੰਦੇ ਹੋ, ਸੋ ਅੱਜ ਵੀ ਤੁਸੀਂ ਸ਼ਿਰਕਤ ਕੀਤੀ ਹੈ ਜੋ ਇਹ ਬੱਚਿਆਂ ਨੇ ਕੀਰਤਨ ਕੀਤਾ, ਬਹੁਤ ਵਧੀਆ। ਇਹ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਵੀ ਕਰ ਰਹੇ ਨੇ, ਕੀ ਕਹਿਣਾ ਤੁਹਾਡਾ? ਇਹ ਅੱਜ ਦਾ ਜਿਹੜਾ ਯੁੱਗ ਹੈ ਇਹ ਬਹੁਤ ਭੱਜ ਦੌੜ ਦਾ ਯੁੱਗ ਹੈ, ਇਹਨੂੰ ਵਿਗਿਆਨਿਕ ਯੁੱਗ ਕਿਹਾ ਜਾਂਦਾ ਹੈ, ਲੇਕਿਨ ਜਿੱਦਾਂ ਭੱਜ ਦੌੜ ਹੈ ਉਹਦੇ ਲਈ ਮਾਨਸਿਕ ਸ਼ਾਂਤੀ ਅਤੇ ਸਵਾਰਥ ਤੋਂ ਉੱਪਰ ਉੱਠਣਾ ਵੀ ਬਹੁਤ ਜ਼ਰੂਰੀ ਹੈ, ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੈ। ਇਹ ਸਾਨੂੰ ਜਿਹੜੀ ਭਾਈਚਾਰਕ ਸਾਂਝ ਹੈ ਅਤੇ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਮਨ ਦੀ ਸ਼ਾਂਤੀ, ਇਹ ਸਾਰਾ ਕੁਛ ਸਾਨੂੰ ਧਰਮ ਤੋਂ ਪ੍ਰਾਪਤ ਹੋਣਾ ਹੈ, ਇਹ ਇੱਕੋ ਇੱਕ ਰਸਤਾ ਹੈ। ਅਤੇ ਭਾਈ ਅਮਰਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਇਸ ਪੱਧਰ ਦੇ ਉੱਤੇ ਗੁਰਬਾਣੀ ਦੇ ਨਾਲ ਜਿਹੜਾ ਸਾਂਝੇਵਾਲਤਾ ਦੀ ਪ੍ਰਤੀਕ ਹੈ, ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਨੈਤਿਕਤਾ ਇਸ ਦੇ ਵਿੱਚ ਹੈ, ਉਸ ਦੇ ਨਾਲ ਇਹ ਜੋੜਨ ਦਾ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ। ਬੱਚਿਆਂ ਨੇ ਛੋਟੀ ਉਮਰ ਦੇ ਬਾਵਜੂਦ ਨਿਰਧਾਰਤ ਰਾਗਾਂ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਕੀਰਤਨ ਕਰ ਕੀਤਾ ਹੈ, ਜਿਸ ਨੂੰ ਸੰਗਤਾਂ ਨੇ ਬਹੁਤ ਪਸੰਦ ਕੀਤਾ ਹੈ, ਉਹ ਸਿੱਧਾ ਮਨਾਂ ਨੂੰ ਅਪੀਲ ਕਰਦਾ ਹੈ। ਸੋ ਇਹ ਅੱਜ ਦੀ ਲੋੜ ਅਨੁਸਾਰ ਪਹਿਚਾਣ ਕੇ ਸਹੀ ਕਾਰਜ ਜਿਹੜਾ ਹੈ ਕਰ ਰਹੇ ਹਨ, ਜਿਸ ਜੋ ਬੇਹੱਦ ਸ਼ਲਾਘਾਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫੁਰਮਾਨ ਹੈ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਜੋ ਉਪਰਾਲਾ, ਇਹ ਇੱਕ ਸੁਪਨਾ ਸੀ, ਬੜੀ ਦੇਰ ਤੋਂ ਮਨ ਦੇ ਵਿੱਚ ਖਿਆਲ ਆਉਂਦਾ ਸੀ, ਭਾਈ ਸਾਹਿਬ ਨੇ ਡਿਸਕਸ ਕੀਤਾ, ਮੈਂ ਕਿਹਾ ਇਹ ਬਹੁਤ ਵਧੀਆ ਕਾਰਜ ਹੈ, ਇਸ ਦੇ ਉੱਪਰ ਕੋਈ ਨਾ ਹੈ। ਮਹਾਰਾਜ ਕਹਿੰਦੇ ਨੇ ਜਿੱਥੇ ਗੁਰੂ ਨੂੰ
ਅਸੀਂ ਰਾਗਾਂ ਵਿੱਚ ਗਾਉਣ ਦਾ ਯਤਨ ਕਰਦੇ ਹਾਂ ਕਿਉਂਕਿ ਸਾਨੂੰ ਹਦਾਇਤ ਹੈ ਰਾਗਾਂ ਦੀ। ਗੁਰੂ ਮਹਾਰਾਜ ਦੇ ਵਿੱਚ ਜਿੰਨੀ ਵੀ ਬਾਣੀ ਹੈ ਉਹਦੇ ਵਿੱਚ ਕੁਝ ਬਾਣੀ ਨੂੰ ਛੱਡ ਕੇ, ਰਾਗ ਰਹਿਤ ਬਾਣੀ ਨੂੰ ਛੱਡ ਕੇ 22-12 ਨੇ, 12 ਤੇ ਵਧੀਕ ਸ਼ਬਦ ਨੇ। ਇਸ ਬਾਰੇ ਲੋਕਾਂ ਨੂੰ ਗਿਆਨ ਨਹੀਂ ਹੈ। ਦੇਖੋ ਅਸੀਂ ਪੜ੍ਹਦੇ ਹਾਂ ਬਾਣੀ, ਪੜ੍ਹਦੇ ਸਮੇਂ ਵੀ ਮੈਂ ਤਾਂ ਚਾਹੁੰਦਾ ਹਾਂ ਕਿ ਇੱਥੇ ਰਾਗ ਦਾ ਸਹਾਰਾ ਜਾਂ ਧੁਨੀ ਦਾ ਸਹਾਰਾ ਜਿਹੜਾ ਮਹਾਰਾਜ ਨੇ ਸਾਨੂੰ ਹਦਾਇਤ ਕੀਤੀ ਆ, ਜਿੱਦਾਂ ਅਸੀਂ ਆਸਾ ਦੀ ਵਾਰ ਪੜ੍ਹਦੇ ਹਾਂ ਉੱਥੇ ਲਿਖਿਆ ਢੁੰਡੇ ਸਰਾਜੇ ਕੀ ਧੁਨੀ ਉੱਪਰ ਗਾਵਣੀ, ਯਾਨੜੀਆਂ ਕੀ ਧੁਨ ਉੱਪਰ ਗਾਵਣੀ। 9 ਧੁਨੀਆਂ ਮਹਾਰਾਜ ਨੇ ਦਿੱਤੀਆਂ ਨੇ 22-12 ਦੇ ਵਿੱਚ, ਕਿ ਉਹਨਾਂ ਵਿੱਚ ਗਾਉਣਾ ਹੈ। ਇਹ ਬਹੁਤੇ ਲੋਕਾਂ ਨੂੰ ਪਤਾ ਨਹੀਂ। ਇਸ ਕੀਰਤਨ ਦਾ ਮੇਨ ਮਕਸਦ ਵੀ ਇਹੀ ਹੈ ਕਿ ਲੋਕਾਂ ਨੂੰ ਜਿੱਥੇ ਬਾਣੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਉੱਥੇ ਬਾਣੀ ਦੇ ਗਾਉਣ ਦੇ ਰਾਗ ਦਾ ਵੀ ਪਤਾ ਹੋਣਾ ਚਾਹੀਦਾ ਕਿ ਕੀ ਹੈ। ਅਸੀਂ ਰਾਗੀ ਢਾਡੀ ਕੀਰਤਨੀ ਜਥੇ ਬੜੀ ਦੂਰੋਂ ਦੂਰੋਂ ਮੰਗਵਾਉਂਦੇ ਹਾਂ, ਸਮਾਗਮ ਕਰਦੇ ਹਾਂ, ਉਹਨਾਂ ਤੋਂ ਵੀ ਸਾਨੂੰ ਪ੍ਰੇਰਣਾ ਮਿਲੀ ਹੈ ਕਿ ਸ਼ਿਵ ਸ਼ਕਤੀ ਕਲੱਬ ਵੱਲੋਂ ਹਰ ਸਾਲ ਕੀਰਤਨ ਕਰਾਇਆ ਜਾਂਦਾ ਹੈ, ਬੁਲਾਰੇ ਬੁਲਾਏ ਜਾਂਦੇ ਹਨ, ਉਹਨਾਂ ਤੋਂ ਵੀ ਪ੍ਰੇਰਣਾ ਮਿਲੀ ਹੈ। ਕਈ ਵਾਰ ਸਾਡਾ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਹੋ ਗਿਆ ਵੀ ਇਹਨਾਂ ਪੁਰਾਣੀਆਂ ਰੀਤਾਂ ਨੂੰ ਛੱਡ ਕੇ ਆਪਾਂ ਗੁਰੂ ਦੇ ਹੁਕਮ ਨੂੰ ਮੰਨ ਕੇ, ਗੁਰੂ ਦੇ ਬਚਨਾਂ ਨੂੰ ਮੰਨ ਕੇ ਇਹਨਾਂ ਨੂੰ ਰਾਗਾਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ। ਇਹਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਪੱਕ ਕੇ ਭਾਂਡੇ ਉਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ, ਲੇਕਿਨ ਜਿਹੜੀ ਕੱਚੀ ਮਿੱਟੀ ਹੈ, ਕੱਚਾ ਧਨ ਹੈ, ਕੱਚੀ ਮਿੱਟੀ ਨੂੰ ਗੁੰਨ ਕੇ ਅਸੀਂ ਉਹਦੀ ਠੂਠੀ ਬਣਾ ਲਈਏ, ਅਸੀਂ ਉਹਦਾ ਕਰੂਆ ਬਣਾ ਲਈਏ ਅਤੇ ਅਸੀਂ ਉਹਦਾ ਕੀ ਕਹਿੰਦੇ ਹਾਂ ਤੌੜੀ ਬਣਾ ਲਈਏ, ਕੁਛ ਵੀ ਬਣਾ ਸਕਦੇ ਹਾਂ, ਫੁੱਲ ਬਣਾ ਸਕਦੇ ਹਾਂ, ਸਟੈਚੂ ਬਣਾ ਸਕਦੇ ਹਾਂ ਜਿਹੋ ਜਿਹਾ ਚਾਹੁੰਦੇ ਹੈ। ਇਹ ਕੱਚੀ ਮਿੱਟੀ ਹੈ, ਸੋ ਕੱਚੀ ਮਿੱਟੀ ਬੱਚੇ ਨੇ ਜਿਹੜੇ ਸਾਨੂੰ ਬਾਣੀ 'ਚ ਵੀ ਆਦੇਸ਼ ਮੰਨਣਾ ਚਾਹੀਦਾ, ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂਮ ਪ੍ਰਹਿਲਾਦ ਦੀ ਉਮਰ ਦੀ ਆਪਾਂ ਗੱਲ ਕਰਦੇ ਹਾਂ, 5-7 ਸਾਲਾਂ ਦੀ ਉਮਰ ਵਿੱਚ ਘੁੰਮਦੀ ਹੈ। ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, 5-7 ਸਾਲ ਅਤੇ 9 ਸਾਲ ਦੀ ਛੋਟੀ ਤੋਂ ਛੋਟੀ ਉਮਰ ਦੀ ਗੱਲ ਕਰਦੇ ਹਾਂ। ਸੋ ਇਹਨਾਂ ਬੱਚਿਆਂ ਨੂੰ ਹੀ ਆਪਾਂ ਉਤਸ਼ਾਹਿਤ ਕਰੀਏ, ਉਤਸ਼ਾਹ ਦੇ ਕੇ ਇਹਨਾਂ ਨੂੰ ਅੱਗੇ ਤੋਰੀਏ। ਇਹ ਵੀ ਸਾਡੇ ਵੱਲ ਦੇਖਣਗੇ ਕਿ ਸਾਨੂੰ ਕਿੱਥੇ ਲੈ ਕੇ ਜਾਂਦੇ ਨੇ। ਲਿਜਾਣਾ ਅਸੀਂ ਨਹੀਂ ਹੈ, ਲੈ ਕੇ ਜਾਣਾ ਇਹਨਾਂ ਦੇ ਉਤਸ਼ਾਹ ਨੇ, ਕੁਦਰਤ ਦੀ ਇਹ ਮਿਹਰ ਹੈ, ਇਹਨਾਂ 'ਤੇ ਵਰਤਣੀ ਹੈ। ਬੱਚਿਆਂ ਦੇ ਉੱਤੇ ਜਦੋਂ ਮਿਹਰ ਵਰਤੇਗੀ ਇਹ ਆਪਣੇ ਆਪ ਬੁਲੰਦੀਆਂ ਨੂੰ ਪਹੁੰਚਣਗੇ। ਅਤੇ ਇਹਨਾਂ ਨਾਲ ਇੱਕ ਅਸੀਂ ਬਚਨ ਵੀ ਇਹੀ ਕਰਦੇ ਹਾਂ ਕਿ ਕਾਕਾ ਤੁਸੀਂ ਕੱਲ੍ਹ ਨੂੰ ਕਲਾਕਾਰ ਬਣ ਜਾਣਾ। ਸਾਡੇ ਬਹੁਤੇ ਰਾਗੀ ਹੈ ਜਿਹੜੇ ਕਲਾਕਾਰ ਬਣ ਕੇ ਫਿਲਮਾਂ 'ਚ ਚਲੇ ਗਏ ਹੈ, ਪਰ ਬੇਸ ਜੇ ਉਹਨਾਂ ਦਾ ਦੇਖੀਏ, ਬੇਸ ਬਚਪਨ 'ਚੋਂ ਗੁਰਬਾਣੀ ਸਿੱਖੇ ਨੇ। ਅਸੀਂ ਵੀ ਚਾਹੁੰਦੇ ਹਾਂ ਇਹਨਾਂ ਬੱਚਿਆਂ ਨਾਲ ਬਚਨ ਵੀ ਕਰਦੇ ਹਾਂ, ਇਹਨਾਂ ਨੂੰ ਉਤਸ਼ਾਹ ਵੀ ਦਿੰਦੇ ਹਾਂ ਕਿ ਬਾਣੀ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਜਿਸ ਗੁਰੂ ਨੇ ਤੁਹਾਡੇ 'ਤੇ ਇੰਨੀ ਕਿਰਪਾ ਕੀਤੀ ਹੈ ਉਹ ਤੁਹਾਡੇ 'ਤੇ ਹੋਰ ਕਿਰਪਾ ਕਰੇਗਾ। ਬੜੀ ਖੁਸ਼ਕਿਸਮਤੀ ਨਾਲ ਇਹਨਾਂ ਨੂੰ ਚੰਗੇ ਉਸਤਾਦ ਮਿਲੇ। ਬਾਕੀ ਸਿਰੜ ਨੂੰ ਕਹਿੰਦੇ ਸਿਦਕ, ਇਹ ਦੋਵੇਂ ਭਾਈ ਅਮਰਜੀਤ ਸਿੰਘ ਕੋਲ ਹੈਗੀਆਂ। ਤੀਜੀ ਗੱਲ, ਮਾਇਆ ਦੀ ਲੋੜ ਹੁੰਦੀ ਹੈ, ਮਾਇਆ ਦੀ ਵੀ ਇਹਨਾਂ ਨੂੰ ਕੋਈ ਕਮੀ ਨਹੀਂ ਹੈ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ। ਜਿਵੇਂ ਜਿਵੇਂ ਅਕਾਲ ਪੁਰਖ ਸਾਨੂੰ ਹਦਾਇਤਾਂ ਕਰੇਗਾ, ਜਿੱਦਾਂ ਸਾਡੇ 'ਤੇ ਜਾਨ ਪਾਏਗਾ, ਸਾਡੇ ਸਿਰ 'ਤੇ ਹੱਥ ਰੱਖੇਗਾ, ਅਸੀਂ ਉੱਦਾਂ ਉੱਦਾਂ ਹੀ ਇਹਨਾਂ ਬੱਚਿਆਂ ਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ। ਚੱਲਣਾ ਇਹਨਾਂ ਨੇ ਹੈ, ਚਲਾਉਣਾ ਅਸੀਂ ਹੈ, ਅਕਾਲ ਪੁਰਖ ਦਾ ਜੇ ਸਾਡੇ ਸਿਰ 'ਤੇ ਹੱਥ ਹੈ ਤਾਂ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਭਾਈ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਠੰਡ ਬਹੁਤ ਹੈ ਇਹਨਾਂ ਦਿਨਾਂ ਦੇ ਵਿੱਚ, ਅਸੀਂ ਵੀ ਚਾਹੁੰਦੇ ਸੀ। ਦੂਜੀ ਗੱਲ, ਬੱਚਿਆਂ ਦਾ ਦੂਜਾ ਕੈਰੀਅਰ ਹੈ ਜਿਹੜਾ ਪੜ੍ਹਾਈ ਦਾ, ਉਹ ਵੀ ਬਰਾਬਰ ਚੱਲੇ, ਇਸ ਕਰਕੇ ਛੁੱਟੀਆਂ ਦਾ ਪ੍ਰੋਗਰਾਮ ਬਣਾਇਆ ਕਿ ਪੇਪਰਾਂ ਦੇ ਵਿੱਚ ਛੁੱਟੀਆਂ ਜਿਹੜੇ ਬੱਚੇ ਲੈ ਸਕਦੇ ਨੇ ਇੰਟਰਸਟ ਕੰਟੀਨਿਊ ਕਰਨਗੇ। ਗੁਰਦੁਆਰਾ ਸਾਹਿਬ ਖੁੱਲ੍ਹਾ ਹੈ, ਕਿਸੇ ਟਾਈਮ ਵੀ ਕੀਰਤਨ ਹੈ। ਹੁਣ 17 ਜਨਵਰੀ ਦਾ ਜਨਮ ਦਿਨ ਆ ਰਿਹਾ, ਮੈਂ ਬੇਨਤੀ ਕਰਾਂਗਾ ਅਮਰਜੀਤ ਸਿੰਘ ਨੂੰ ਵੀ ਇੱਕ ਦੋ ਸ਼ਬਦ
ਉਹਦੇ ਵਿੱਚ ਵੀ ਪਾਠ ਵੀ ਜ਼ਿਆਦਾ ਲੰਮਾ ਸਮਾਂ ਨਹੀਂ ਮਿਲੇਗਾ, ਕੋਈ ਗੱਲ ਨਹੀਂ, ਇੱਕ ਦੋ ਸ਼ਬਦਾਂ ਦੀ ਤਿਆਰੀ ਕਰਵਾਉਣ, ਇੱਕ ਦੋ ਸ਼ਬਦਾਂ ਦੀ ਤਿਆਰੀ ਕਰਕੇ ਬੱਚਿਆਂ ਨੂੰ ਅੱਗੇ ਲੈ ਕੇ ਆਉਣ, ਤਾਂ ਕਿ ਗੁਰੂ ਦਾ ਅਸੀਂ ਜੋ ਜਨਮ ਦਿਨ ਹੈ ਮਨਾਉਣਾ ਹੈ 17 ਤਰੀਕ ਨੂੰ, ਉਹਦੇ ਵਿੱਚ ਵੀ ਅਸੀਂ ਹਿੱਸਾ ਲੈ ਸਕੀਏ। ਗੁਰੂ ਸਾਡੇ 'ਤੇ ਕਿਰਪਾ ਕਰਨ, ਅਰਦਾਸ ਕਰਦੇ ਹਾਂ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।